ਸਿਆਰੇ ਕਹਿੰਦੇ ਆ ਗੁੱਸਾ ਇਨਸਾਨ ਦਾ ਅਸਲ ਦੁਸ਼ਮਣ ਆ ਇਹ ਗੱਲ ਸੱਚੀ ਵੀ ਆ ਪਰ ਕੋਈ ਦੁਸ਼ਮਣੀ ਇੰਨੀ ਲੰਬੀ ਪਾਲ ਸਕਦਾ ਹੈ ਕਿ ਮੌਕਾ ਮਿਲੇ ਦੇ ਉੱਤੇ ਉਹ ਜਾਨੋ ਮਾਰ ਦੇਵੇ ਅਗਲੇ ਬੰਦੇ ਨੂੰ ਵਾਕੇ ਜੀ ਕੱਲ ਇੱਕ ਖਬਰ ਆਈ ਸੀ ਕਿ ਤਰਲੋਚਨ ਸਿੰਘ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦਾ ਨੇਤਾ ਆ ਖੰਨਾ ਦੇ ਪਿੰਡ ਨੇੜੇ ਦਾ ਪਿੰਡ ਆ ਔਰ ਉਹਦਾ ਕਤਲ ਕਰ ਦਿੱਤਾ ਕਤਲ ਵੀ ਉਹਦੇ ਪਿੰਡ 'ਚ ਵੜ ਕੇ ਕੀਤਾ ਜਦੋਂ ਉਹ ਸ਼ਾਮ ਨੂੰ ਆਪਣੀ ਮੋਟਰ ਤੋਂ ਵਾਪਸ ਆ ਰਿਹਾ ਸੀਗਾ ਤੇ ਉਹਦੇ ਤਾੜ ਤਾੜ ਗੋਲੀਆਂ ਮਾਰੀਆਂ ਗਈਆਂ ਤੇ ਉਸਨੂੰ ਜਦੋਂ ਹਸਪਤਾਲ ਲੈ ਜਾਂਦੇ ਨੇ ਤੇ ਰਾਹਸਤੇ ਦੇ ਵਿੱਚ ਉਹਦੀ ਮੌਤ ਹੋ ਗਈ ਪਰ ਉਹਨੇ ਦੇ ਵਿੱਚ ਵੱਡਾ ਖੁਲਾਸਾ ਕੀਤਾ ਹੈ ਕੰਨਾ ਪੁਲਿਸ ਨੇ ਕਿ ਕਤਲ ਕਰਨ ਵਾਲਾ ਆੜਤੀ ਆਇਆ ਔਰ ਉਹਦੇ ਹੀ ਪਿੰਡ ਦਾ ਆ ਦਰਅਸਲ ਆੜਤੀ ਨੂੰ ਗ੍ਰਿਫਤਾਰ ਕਰਨ ਦੀਆਂ ਹੁਣ ਜਿਹੜਾ ਬਹੁਤ ਜਲਦ ਆੜਤੀਆ ਗ੍ਰਿਫਤਾਰ ਹੋ ਜਾਏਗਾ ਕਿਉਂਕਿ ਉਹਦੇ ਖਿਲਾਫ ਸਬੂਤ ਤੱਕ ਮਿਲ ਚੁੱਕੇ ਨੇ ਕਹਿੰਦੇ 5-6 ਸਾਲ ਪਹਿਲਾਂ ਇਸੇ ਤਰਲੋਚਨ ਸਿੰਘ ਦੀ ਉਸ ਆੜਤੀਏ ਦੇ ਨਾਲ ਲੜਾਈ ਹੋਈ ਸੀ ਤੇ ਆੜਤੀਏ ਦੀ ਉਸੇ ਲੜਾਈ ਦੇ ਵਿੱਚ ਪੱਗ ਵਿਢੀ ਗਈ ਸੀ ਤੇ ਆਪਣੀ ਡਿੱਗੀ ਹੋਈ ਪੱਗ ਦਾ ਬਦਲਾ ਲੈਣ ਦੇ ਲਈ ਉਸਨੇ ਤਰਲੋਚਨ ਸਿੰਘ ਨੂੰ ਜਦੋਂ ਦੇਖਿਆ ਵੀ ਹੁਣ ਮੌਕਾ ਆ ਗਿਆ ਔਰ 5-6 ਸਾਲ ਉਸ ਲੜਾਈ ਨੂੰ ਹੋ ਗਿਆ ਤੇ ਮਾਰ ਦਿੱਤਾ ਜਾਵੇ। trilochit singh ਨੂੰ ਉਸ ਦੇ ਮੋਟਰ ਤੋਂ ਜੋ ਦੋਵਾਂ ਘਰ ਨੂੰ ਵਾਪਸ ਆ ਰਿਹਾ ਸੀ ਤੇ ਬਾਈਕ ਤੇ ਸਵਾਰ ਹੋ ਕੇ ਜਿਹੜੇ ਨੇ ਉਹਨਾਂ ਨੂੰ ਉਹਨੂੰ ਗੋਲੀਆਂ ਮਾਰਿਆ ਗਈਆਂ। ਪਰ ਸਵਾਲ ਇਹ ਖੜਾ ਹੁੰਦਾ ਹੈ ਵੀ ਦੁਸ਼ਮਣੀ ਇੰਨੇ ਲੰਬੀ ਸਮੇਂ ਪਾੜੀ ਜਾ ਸਕਦੀ ਹੈ। ਜੇ ਗੁੱਸਾ ਅੰਦਰ ਹੈ ਤੇ ਸ਼ਾਇਦ ਉਹ ਤੁਹਾਨੂੰ ਵੀ ਮਗਾ ਸਕਦਾ ਹੈ। ਔਰ ਫਿਲਹਾਲ ਇਹ ਖੰਨਾ ਦਾ ਮਰਡਰ ਦੁਨੀਆ ਦੇ ਉੱਤੇ ਯਾਨੀ ਕਿ ਖੰਡਾ ਦਾ ਪੰਜਾਬੀ ਜਿਹੜਾ ਇਸ ਮਰਡਰ ਦੇ ਬਾਰੇ ਗੱਲ ਕਰ ਰਿਹਾ ਔਰ ਇਹ ਸੋਚ ਰਿਹਾ ਕਿ 5-6 ਸਾਲ ਤੱਕ ਵੀ ਗੁੱਸਾ ਜਿਹੜਾ ਆ ਉਹ ਰੱਖਿਆ ਜਾਏਗਾ। ਛੋਟੀ ਜੀ ਜ਼ਿੰਦਗੀ ਆ ਜੇ ਤੁਹਾਡਾ ਕਿਸੇ ਨਾਲ ਗਿਲਾ ਜਾਂ ਗੁੱਸਾ ਹੁੰਦਾ ਹੈ ਤੇ ਉਸ ਨੂੰ ਹੱਲ ਕਰਨਾ ਬੈਟਰ ਹੈ ਨਾ ਕਿ ਕਿਸੇ ਨੂੰ ਗੋਲੀਆਂ ਮਾਰ ਕੇ ਇਸ ਤਰੀਕੇ ਦੇ ਨਾਲ ਮਾਰਨਾ ਕਿ ਬਾਅਦ ਵਿੱਚ ਆਪ ਦੀ ਸੰਦਗੀ ਵੀ ਖਰਾਬ ਹੋਵੇ ਅਗਲੇ ਨੂੰ ਤੂੰਸੀ ਮਾਰ ਹੀ ਦਤਾ ਹੈ